रेत खनन मामले में घिरे पंजाब के कैबिनेट मंत्री राणा गुरजीत सिंह के पुत्र राणा इंद्र प्रताप सिंह से ईडी ने तकरीबन 6.5 घंटे पूछताछ की। गत दोपहर करीब 12:30 बजे ईडी दफ्तर पहुंचे राणा इंद्र प्रताप सिंह शाम को 7 बजे के बाद ईडी दफ्तर से बाहर निकले। मीडिया से बातचीत करते हुए राणा इंद्र प्रताप सिंह ने कहा कि उनकी कंपनी ने 100 करोड़ के विदेशी लेन देन के मामले में रिजर्व बैंक ऑफ इंडिया को जानकारी दी थी और इससे संबंधित दस्तावेज उन्होंने ईडी को सौंप दिए हैं। राणा इंद्र प्रताप ने ये भी कहा कि वे इससे पहले भी ईडी को संबंधित दस्तावेज पेश कर चुके हैं और अगर आने वाले समय में भी ईडी द्वारा उन्हें बुलाया जाता है तो वे जाँच में पूर्ण सहयोग देंगे। गल आ जो सानू क्वेरीज पुछियां सीगियां असीं उन्हां दा रिटन जवाब दे के आए हाँ, ठीक है, ते इन डिटेल हर चीज दा जवाब दे के आए। नहीं नहीं, एक जिहड़ा सवाल है बार बार तुसीं कह रहे सीगे कि जदों असीं पैसा इत्थे लिआंदा उदों आरबीआई नूं इनफॉर्म करना जरूरी नहीं सी। बिल्कुल ठीक, आरबीआई नूं इनफॉर्म करना जरूरी नहीं सी। बिल्कुल ठीक है, असीं जिहड़े फंड्स ਲੈ ਕੇ ਆਏ ਸੀਗੇ ਜਾਂ ਫੰਡਸ ਰੇਜ਼ ਕੀਤੇ ਸੀ ਉਹ ਥਰੂ ਆਟੋਮੈਟਿਕ ਰੂਟ ਸੀ ਅਤੇ ਉਹਦੇ ਵਿੱਚ ਕੋਈ ਪਰਮਿਸ਼ਨ ਦੀ ਲੋੜ ਨਹੀਂ ਸੀ ਅਤੇ ਉਹਦੇ ਤੋਂ ਬਾਅਦ ਇੱਕ RBI ਨੂੰ ਪਰਮਿਸ਼ਨ ਇਨਫੋਰਮੇਸ਼ਨ ਦੇਣੀ ਪੈਂਦੀ ਆ, ਠੀਕ ਹੈ ਜੀ। ਉਹ ਜਿਹੜੀ ਅਸੀਂ ਇਨਫੋਰਮੇਸ਼ਨ ਦਿੱਤੀ ਉਹਦੀ ਕਾਪੀ ਅਸੀਂ ਡਿਪਾਰਟਮੈਂਟ ਦੇ ਵਿੱਚ ਦੇ ਕੇ ਆਏ। ਇਹ ਵੀ ਅਸੀਂ ਜੋ ਕੰਮ ਕੀਤਾ ਸਾਰਾ ਬਲੈਕ ਐਂਡ ਵਾਈਟ ਔਨ ਪੇਪਰ ਹੈ, ਔਨ ਬੈਲੈਂਸ ਸ਼ੀਟਸ ਹੈਗਾ ਆ, ਠੀਕ ਹੈ, ਅਤੇ ਉਹ ਹਰ ਡਿਪਾਰਟਮੈਂਟ ਦਾ ਰਾਈਟ ਹੈਗਾ ਸਾਨੂੰ ਸਵਾਲ ਪੁੱਛਣ ਦਾ, ਚਾਹੇ ਇਨਕਮ ਟੈਕਸ ਹੋਵੇ, ਚਾਹੇ ED ਹੋਵੇ, ਚਾਹੇ ਜੋ ਮਰਜ਼ੀ ਹੋਵੇ ਕਾਰੋਬਾਰੀ ਬੰਦੇ ਨੂੰ, ਅਤੇ ਸਾਡਾ ਫਰਜ਼ ਹੈ ਜਵਾਬ ਦੇਣ ਦਾ, ਅਸੀਂ ਸਾਰੇ ਫੈਕਟਸ ਦੇ ਹਿਸਾਬ ਨਾਲ ਜਵਾਬ ਦੇ ਦਿੱਤਾ। ਤੁਹਾਡਾ ਮਤਲਬ ਇਹ ਕਿ ਕੋਈ ਵੀ ਗਲਤੀ ਨਹੀਂ ਹੈ ਇਹਦੇ ਵਿੱਚ? ਹਾਂਜੀ, ਤੁਹਾਡਾ ਮਤਲਬ ਹੈ ਬਿਲਕੁਲ ਸਾਰਾ ਸਪਸ਼ਟ ਹੈਗਾ ਬਿਲਕੁਲ ਤੁਹਾਡੇ? ਭਾਈ ਸਾਹਿਬ, ਮੈਂ ਤਾਂ ਇੱਕ ਗੱਲ ਦੱਸਣੀ ਚਾਹੁੰਦਾ, ਜੇ ਕਿਸੇ ਬੰਦੇ ਦੇ ਖਾਤੇ 'ਚ 10 ਲੱਖ ਰੁਪਇਆ ਵੀ ਆ ਜਾਵੇ ਤਾਂ ਇਨਕਮ ਟੈਕਸ ਨਾਲ ਦੇ ਨਾਲ ਘੇਰ ਲੈਂਦਾ, ਠੀਕ ਹੈ। ਵੀ ਹੈਵ ਰੇਜ਼ਡ 80 ਕਰੋੜਸ ਐਂਡ ਇਨਕਮ ਟੈਕਸ ਦੀਆਂ ਅਸੈਸਮੈਂਟਾਂ ਹੋ ਚੁੱਕੀਆਂ ਨੇ ਇਸ ਚੀਜ਼ 'ਤੇ, ਜਿਹੜਾ ਅੱਜ ਇਸ਼ੂ 12 ਸਾਲ ਬਾਅਦ ਆ ਰਿਹਾ, ਸਾਡੀਆਂ ਅਸੈਸਮੈਂਟਾਂ ਵੀ ਹੋ ਚੁੱਕੀਆਂ। ਉਹਨਾਂ ਅਸੈਸਮੈਂਟਾਂ ਦੇ ਵਿੱਚ ਵੀ ਸਾਡੇ ਤੋਂ ਕਲੈਰਿਟੀ ਮੰਗੀ ਗਈ ਸੀ ਅਤੇ ਉਦੋਂ ਵੀ ਦਿੱਤਾ ਸੀ। ਇਰੀਗੇਸ਼ਨ ਆ ਰਿਹਾ ਕਿ ਜਿਹੜੇ ਫੋਨ ਦੇ ਸ਼ੇਅਰ ਖਰੀਦੇ ਗਏ ਹੈ ਤੁਸੀਂ ਬੈਂਕ ਗਰੰਟੀ ਦਿੱਤੀ ਹੈ ਤੁਹਾਡੀ? ਦੇਖੋ ਇੱਦਾਂ ਆ, ਅਸੀਂ ਕੋਈ ਗਰੰਟੀ ਨਹੀਂ ਦਿੱਤੀ। ਅਸੀਂ ਜਿਹੜੇ GDR ਸਬਸਕ੍ਰਾਈਬ ਹੁੰਦੇ ਆ ਉਹ ਜਿਸ ਬੰਦੇ ਨੂੰ ਇੰਟਰਸਟ ਹੁੰਦਾ ਆ ਇਹਦੇ ਵਿੱਚ ਉਹ ਬੰਦਾ ਇਨਵੈਸਟ ਕਰਦਾ ਐਜ਼ ਲਾਈਕ ਅ ਸਟਾਕ ਐਕਸਚੇਂਜ।